ਅਸੀਂ ਕੰਮ ਕਰ ਰਹੇ ਹਾਂ ਅਸਰੇ ਕਰੀਏ ਘਰੇ ਬੱਚੇ ਭੁੱਖੇ ਮਰਦੇ ਨੇਗੇ ਸਾਡੀ ਇਹ ਜਿਹੜਾ ਧੱਕਾ ਹੋਇਆ ਗਰੀਬਾਂ ਨਾਲ ਮਜ਼ਦੂਰਾਂ ਨਾਲ ਦਿਹਾੜੀ ਦੇ ਸਵਾਲ ਤੇ ਇਹਨੂੰ ਹੱਲ ਕੀਤਾ ਜਾਵੇ ਸਰਕਾਰ ਮੁਰਦਾਬਾਦ 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 ਅੱਜ ਅਸੀਂ ਨਾ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਜਿਹੜਾ ਨਹਿਰੀ ਮਹਿਕਮੇ ਕੋਠੀ ਹੈ ਮਾਨਸਾ ਦੇ ਵਿੱਚ ਚਾਰ ਪੰਜ ਪਿੰਡਾਂ ਦੇ ਮਜ਼ਦੂਰਾਂ ਵੱਲੋਂ ਧਰਨਾ ਲਾਇਆ ਕਿਉਂਕਿ ਇਹਨਾਂ ਪਿੰਡਾਂ ਦੇ ਮਜ਼ਦੂਰਾਂ ਨੇ ਪਿਛਲੇ ਦਿਨੀ ਨਹਿਰ ਦੀ ਸਫਾਈ ਦਾ ਕੰਮ ਕੀਤਾ ਸੀਗਾ ਔਰ ਉਸ ਸਮੇਂ ਅੱਜ ਬੇਸ਼ੱਕ ਫਿਰ ਵੀ ਮੌਸਮ ਦੇ ਵਿੱਚ ਤਬਦੀਲੀ ਆਈ ਹੈ 45 ਡਿਗਰੀ ਟੈਂਪਰੇਚਰ ਦੇ ਵਿੱਚ ਇਹਨਾਂ ਮਜ਼ਦੂਰਾਂ ਨੇ ਕੰਮ ਕੀਤਾ ਉੱਥੇ ਮਿੱਟੀ ਨਾਲ ਮਿੱਟੀ ਹੋਏ ਨੇ ਵੱਡੀਆਂ ਵੱਡੇ ਦਰਖਤ ਜਿਹੜੇ ਨਹਿਰ ਦੇ ਵਿੱਚ ਉੱਗੇ ਹੋਏ ਸੀ ਉਹ ਪੱਟ ਕੇ ਸਫਾਈ ਕੀਤੀ ਹੈ ਪਰ ਦੁੱਖ ਦੀ ਗੱਲ ਹੈ ਇੱਥੋਂ ਦੇ ਅਧਿਕਾਰੀਆਂ ਨੇ ਕੰਮ ਤਾਂ ਇਹਨਾਂ ਤੋਂ ਮਾਰ ਕੇ ਕਰਵਾਇਆ ਅੱਤ ਦੀ ਗਰਮੀ ਦੇ ਵਿੱਚ ਪਰ ਦਿਹਾੜੀ ਇਹਨਾਂ ਨੂੰ ਪਾਈ ਹੈ 50 ਰੁਪਏ ਇਦੋਂ ਉੱਪਰ ਮਾਰ ਕੇ 150 ਰੁਪਏ ਮਤਲਬ 150 ਤੋਂ ਉੱਪਰ ਵੀ ਦਿਹਾੜੀ ਨਹੀਂ ਪਈ ਇਹ ਸਭ ਤੋਂ ਵੱਡਾ ਧੋਖਾ ਹੈ ਇਸ ਧੋਖੇ ਦੇ ਖਿਲਾਫ ਅੱਜ ਅਸੀਂ ਨਹਿਰੀ ਕੋਠੀ ਮਾਨਸਾ ਦੇ ਵਿੱਚ SDO ਸਾਹਿਬ ਬਹਿੰਦੇ ਨੇ JE ਬਹਿੰਦੇ ਨੇ ਇੱਥੇ ਸੰਕੇਤਕ ਧਰਨਾ ਲਾਉਣ ਆਏ ਸੀਗੇ ਬੇਨਤੀ ਕਰਨ ਆਏ ਸੀ ਕਿ ਸਾਡੀ ਇਹ ਜਿਹੜਾ ਧੱਕਾ ਹੋਇਆ ਗਰੀਬਾਂ ਨਾਲ ਮਜ਼ਦੂਰਾਂ ਨਾਲ ਦਿਹਾੜੀ ਦੇ ਸਵਾਲ 'ਤੇ ਇਹਨੂੰ ਹੱਲ ਕੀਤਾ ਜਾਵੇ ਪੂਰੀ ਦਿਹਾੜੀ ਪਾਈ ਜਾਵੇ ਅਤੇ ਕੰਮ ਹੋਰ ਦਿੱਤਾ ਜਾਵੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਨਹਿਰੀ ਮਹਿਕਮੇ ਦੇ ਅਧਿਕਾਰੀਆਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਪੜਤਾਲ ਕਰਦੇ ਹਾਂ ਜੇ ਉਸ ਮਿੰਤੀ ਦੇ ਵਿੱਚ ਕੋਈ ਗੜਬੜ ਹੈ ਤਾਂ ਉਹਨੂੰ ਹੱਲ ਕਰਾਂਗੇ ਅਤੇ ਜਲਦੀ ਤੁਹਾਨੂੰ ਕੰਮ ਦੇ ਦਾਂਗੇ ਤਾਂ ਮੇਰੀ ਬੇਨਤੀ ਹੈ ਅਧਿਕਾਰੀਆਂ ਨੂੰ ਕਿ ਮਿਨੀਮਮ ਵੇਜ ਹੈ ਜਿਹੜਾ ਨਰੇਗਾ ਦਾ ਉਹ 282 ਹੈ 282 ਦਾ ਦਿਹਾੜੀ ਮਜ਼ਦੂਰਾਂ ਨੂੰ ਮਿਲਣੀ ਹੈ ਫਿਰ ਇਹ ਜਦੋਂ ਮਿਨੀਮਮ ਵੇਜ ਤੋਂ ਹੀ ਘੱਟ ਦੇਈ ਜਾਂਦੇ ਨੇ ਫਿਰ ਮਜ਼ਦੂਰ ਰੋਟੀ ਕਿੱਥੋਂ ਖਾਣਗੇ ਮਜ਼ਦੂਰ ਗੁਜ਼ਾਰਾ ਕਿੱਥੋਂ ਕਰਨਗੇ ਆਪਦੀਆਂ ਤਨਖਾਹਾਂ ਇਹਨਾਂ ਦੀਆਂ 80-80 ਹਜ਼ਾਰ ਰੁਪਇਆ 1.5-1.5 ਲੱਖ ਰੁਪਇਆ ਹੋ ਗਈਆਂ ਅਫਸਰਾਂ ਦੀਆਂ ਮੁਲਾਜ਼ਮਾਂ ਦੀਆਂ ਇਹਨਾਂ ਦੀ ਤਨਖਾਹ 2 ਮਹੀਨੇ ਨਾ ਪਾਵੇ ਸਰਕਾਰ ਨਾਲ ਦੀ ਨਾਲ ਝੰਡਾ ਚੱਕ ਲੈਂਦੇ ਨੇ ਕੁਰਸੀਆਂ ਸਿੱਟ ਦਿੰਦੇ ਨੇ ਪਰ ਮਜ਼ਦੂਰਾਂ ਦਾ ਗਲਾ ਦੱਬ ਰਹੇ ਨੇ ਇਸ ਲਈ ਸਾਡੀ ਸਰਕਾਰ ਤੋਂ ਵੀ ਮੰਗ ਹੈ ਕਿ ਮਿਨੀਮਮ ਵੇਜ ਆ ਜਿਹੜਾ ਪੰਜਾਬ ਦਾ ਇਹ ਘੱਟੋ ਘੱਟ 700 ਰੁਪਇਆ ਹੋਵੇ ਨਰੇਗਾ ਮਜ਼ਦੂਰਾਂ ਨੂੰ 200 ਦਿਨ ਕੰਮ ਮਿਲੇ ਸਾਲ ਦੇ ਵਿੱਚ ਇਸ ਮੁੱਦੇ ਦੇ ਉੱਤੇ ਅਸੀਂ ਸੰਘਰਸ਼ ਵੀ ਕਰ ਰਹੇ ਹਾਂ ਜਥੇਬੰਦੀਆਂ ਵੱਲੋਂ ਅਤੇ 24 ਤਰੀਕ ਨੂੰ ਵਿਧਾਨ ਸਭਾ ਦਾ ਮਾਰਚ ਕਰ ਰਹੇ ਹਾਂ ਅਸੀਂ ਮਜ਼ਦੂਰਾਂ ਵੱਲੋਂ ਕਿਉਂਕਿ ਵਿਧਾਨ ਸਭਾ ਬੈਠ ਰਹੀ ਹੈ 24 ਤੋਂ 30 ਜੂਨ ਤੱਕ ਪਹਿਲੇ ਦਿਨ ਹੀ ਅਸੀਂ ਹਜ਼ਾਰਾਂ ਮਜ਼ਦੂਰਾਂ ਦਾ ਇਕੱਠ ਕਰਕੇ ਵਿਧਾਨ ਸਭਾ ਦਾ ਮਾਰਚ ਕਰਾਂਗੇ ਉਹਦੇ ਵਿੱਚ ਮੰਗ ਹੈ ਸਾਡੀ ਕਿ ਘੱਟੋ ਘੱਟ ਪੰਜਾਬ ਦੇ ਅੰਦਰ ਚਾਹੇ ਨਰੇਗਾ ਦੀ ਦਿਹਾੜੀ ਹੈ ਚਾਹੇ ਖੇਤ ਦੀ ਦਿਹਾੜੀ ਹੈ ਚਾਹੇ ਉਸਾਰੀ ਦੀ ਦਿਹਾੜੀ ਹੈ 700 ਰੁਪਇਆ ਕਰੋ ਮਜ਼ਦੂਰਾਂ ਸਿਰ ਜਿਹੜਾ ਕਰਜ਼ਾ ਚੜਿਆ ਉਹ ਕਰਜ਼ਾ ਮਾਫ਼ ਕਰੋ ਔਰ ਜਿਹੜਾ ਝੋਨੇ ਲਵਾਈ ਦੀ ਜਿਹੜੀ ਦਿਹਾੜੀ ਹੈ ਇਹ ਘੱਟੋ ਘੱਟ ਜਿਵੇਂ ਕਿਸਾਨਾਂ ਨੂੰ ਕਿਹਾ 1500 ਰੁਪਇਆ ਅਸੀਂ ਮੁਆਵਜ਼ਾ ਦੇਵਾਂਗੇ 6000 ਰੁਪਇਆ ਕੀਤਾ ਜਾਵੇ ਔਰ ਜਿਹੜੀ ਲੈਂਡ ਸੀਲਿੰਗ ਐਕਟ ਤੋਂ ਵਾਧੂ ਜਿਹੜੀਆਂ ਜ਼ਮੀਨਾਂ ਨੇ ਇਹ ਸਾਰੀਆਂ ਜ਼ਬਤ ਕਰਕੇ ਬੇਜ਼ਮੀਨੇ ਗਰੀਬਾਂ 'ਚ ਵੰਡੀਆਂ ਜਾਣ ਤਾਂ ਕਿ ਹਰ ਗਰੀਬ ਆਪਦਾ ਗੁਜ਼ਾਰਾ ਕਰ ਸਕੇ ਧੰਨਵਾਦ ਅਸੀਂ ਇਹੀ ਗੱਲ ਕਰਦੇ ਹਾਂ ਜੀ ਅਸੀਂ ਨਹਿਰ ਦੇ ਉੱਤੇ ਕੰਮ ਕੀਤਾ ਹੈਗਾ ਸਾਡੀ ਦਿਹਾੜੀ ਪੂਰੀ ਨਹੀਂ ਪਾਈ 50 ਰੁਪਏ ਦਿਹਾੜੀ ਪਾਈ ਆ ਅਸੀਂ ਕਹਿੰਦੇ ਵੀ ਸਾਨੂੰ ਮੰਨ ਕੇ ਚੱਲ ਦਿਹਾੜੀ ਆ ਜਿਹੜੀ ਸਾਡੀ ਪੂਰੀ ਪਵੇ ਅਤੇ ਗਾਹਾਂ ਨੂੰ ਸਾਨੂੰ ਕੰਮ ਵੀ ਦਿੱਤਾ ਜਾਵੇ ਮੂਹਰੇ ਦਿਹਾੜੀ ਸਾਡੀ ਮਨ 281 ਰੁਪਏ 19 ਦਿਹਾੜੀ ਪਾਵੇ ਸਰਕਾਰ ਇਹ SDO ਅਤੇ ਮਨ JE ਨੇ ਵਿੱਚੋਂ ਘਪਲਾ ਕੀਤਾ ਹੈਗਾ JE ਆ ਜਿਹੜਾ ਉਹਨੇ ਮਿਣਤੀ ਦੇ ਹਿਸਾਬ ਨਾਲ ਕਹਿੰਦਾ ਮੈਂ ਪੈਸੇ ਪਾਏ ਆ ਉਹਦੇ ਵਿੱਚ ਪੂਰੇ ਦੀ ਵੱਡੀਆਂ ਟਾਲੀਆਂ ਸੀ ਉਹਦੇ ਕਰਕੇ ਟਾਈਮ ਲੱਗਦਾ ਰਿਹਾ ਹੈਗਾ ਅਤੇ ਇਸ ਗੱਲ ਕਰਕੇ ਉਹਨੂੰ ਪੈਸੇ ਸਾਡੇ ਬਹੁਤ ਘੱਟ ਪਾਏ ਆ ਜੀ ਅਸੀਂ ਮੰਗ ਕਰਦੇ ਹਾਂ ਵੀ ਸਾਡੀ ਪੂਰੀ ਦਿਹਾੜੀ ਪਾਈ ਜਾਵੇ ਅਤੇ ਨਾਲ ਨਰੇਗਾ ਦਾ ਸਾਨੂੰ ਕੰਮ ਆ ਕਿਹੜਾ ਪਾਰਟੀਆਂ ਦਾ ਦਿੱਤਾ ਜਾਵੇ ਹੁਣ ਸਾਨੂੰ ਉਹਨਾਂ ਨੇ ਇਹੀ ਬੇਨਤੀ ਕੀਤੀ ਆ ਵੀ ਅਸੀਂ ਮਨ ਇਹਦੀ ਜਾਂਚ ਕਰ ਰਹੇ ਹਾਂ ਕਿਤੇ ਕੋਈ ਮਾੜਾ ਮੋਟਾ ਗੜਬੜ ਹੋਊਗੀ ਅਸੀਂ ਉਹਨੂੰ ਠੀਕ ਕਰਕੇ ਵੀ ਤੁਹਾਡੇ ਪੈਸੇ ਪੂਰੇ ਪਾਵਾਂਗੇ ਸਾਨੂੰ ਕਿਹੜਾ ਭਰੋਸਾ ਦਿੱਤਾ ਜੀ ਜੇ ਭਰੋਸਾ ਨਹੀਂ ਉੱਤਰਦਾ ਫਿਰ ਕੀ ਕਰੋਗੇ ਫਿਰ ਅਸੀਂ ਅੱਗੇ ਕਾਰਵਾਈ ਤੇਜ਼ ਕਰਾਂਗੇ ਜੀ ਇਹ ਅਸੀਂ ਐਂ ਲਾਇਆ ਜੀ ਸਾਨੂੰ ਪੈਸੇ ਘੱਟ ਪੈਂਦੇ ਅਸੀਂ ਨਹਿਰ 'ਤੇ ਕੰਮ ਕਰਿਆ ਧੁੱਪ ਦੇ ਵਿੱਚ ਇੰਨੀ ਗਰਮੀ ਸੀਗੀ ਜਿੰਨੀ ਕਹਿਦੇ ਹੁਣ ਮੇਰੇ ਗੋਡੇ ਦੁਖਦੇ ਮੈਂ ਇੱਥੋਂ ਥੱਲੇ ਉੱਤਰ ਕੇ ਨਹੀਂ ਹੁੰਦਾ ਫਿਰ ਵੀ ਲਮਕ ਕੇ ਕੰਮ ਕਰਦੀਆਂ ਅਤੇ ਦਿਹਾੜੀ 50 ਰੁਪਏ ਪਏ ਆ ਸਾਡੇ ਇੰਨੀ ਸੰਗਤ ਆਈ ਆ ਸਾਰੇ ਕੋਈ ਸਾਰੇ ਪਿੱਟਦੇ ਨੇ ਵੀ ਦਿਹਾੜੀ ਨਹੀਂ ਪੈ ਰਹੀ ਸਾਨੂੰ ਅਸੀਂ SDO ਦੇ ਇੱਥੇ ਤਾਂ ਧਰਨਾ ਲਾਇਆ ਵੀ ਸਾਡੀ ਦਿਹਾੜੀ ਫੁੱਲ ਪਣੀ ਚਾਹੀਦੀ ਹੈ ਅਸੀਂ ਕੰਮ ਕਰਦੇ ਹਾਂ ਅਸਰੇ ਕਰੀਏ ਘਰੇ ਬੱਚੇ ਭੁੱਖੇ ਮਰਦੇ ਨੇਗੇ ਇੱਥੇ ਅਸੀਂ ਆ ਕੇ ਬਹਿ ਜਾਂਦੇ ਹਾਂ ਘਰੇ ਸਾਨੂੰ ਜਵਾਕ ਪੈਸੇ ਮੰਗਦੇ ਨੇਗੇ ਦਿੰਦੇ ਸਾਨੂੰ 50 ਰੁਪਏ 50 ਰੁਪਏ ਅਸੀਂ ਘਰੋਂ ਖਾ ਜਾਂਦੇ ਹਾਂ ਇੱਥੇ ਸਾਨੂੰ ਤਾਂ ਕੁਛ ਨਹੀਂ ਮਿਲਦਾ ਹੈਗਾ ਕੀ ਮੰਗ ਕਰਦੇ ਹੋ ਹੁਣ ਅਸੀਂ ਮੰਗ ਕਰਦੇ ਹਾਂ ਵੀ ਸਾਡੀ ਦਿਹਾੜੀ ਪੂਰੀ ਪਵੇ ਜੀ ਜਦੋਂ 366 ਰੁਪਏ ਦਿਹਾੜੀ ਫਿਰ ਸਾਨੂੰ 19 ਪੈਣੀ ਚਾਹੀਦੀ ਹੈ ਕੀ ਕਹਿੰਦੇ ਨੇ ਅਫਸਰ ਹੁਣ
अफसर कहते जी असी मसला हल करा, अफसर ने तो यही गल कहता हले कहते भी असी चेंज करा, उन्होंने पुछा सारे मिनती करावे भी कोई अफसर ने हले हल साढ़ा है नहीं गा। उन्होंने ये मंग सी कि भी उन्होंने कुछ लेबर कम कराया से साढ़े नरेगा ने, लेबर घट पई है। उन्होंने मैं आश्वासन दवाया भी जो लेबर ने कम किया उन्होंने मेहनती की इंक्वायरी मैं करवा लूँगा, प्लस जेकर कोई दोषी पाया गया तो उस पर कार्रवाई की जाऊगी, जेकर उन्होंने कोई लेबर वादी हुई इंक्वायरी के उन्होंने दी जाऊगी। हम धरना चक दिता गया जी? हाँ जी, धरना चक दिता।